वेलकम बैक, थोड़ा सारा का स्वागत है जी अपने चैनल दे विच। चैनल अपना है यूट्यूब के उत्ते, दोनों भरावां दा चैनल ते शाम दे बज गए 8 है ना। घर वेले बैठे सी सारे दिन दे, सुते सौ के खा पी के है ना, सौ लिया खा लिया, मौजा चलदियां ने, छुट्टियां चलदियां साडियां, ते तां करके नहीं तो दुबई दे विच कोई वेला घूमे फिरे मजाल नहीं किसी की। क्यों सलीम है? ਤੇ ਪ੍ਰੋਗਰਾਮ ਸਾਡਾ ਕੁਛ ਨਹੀਂ, ਪਿੱਛੇ ਬੈਠੇ ਨੇ ਜਵਾਕ, ਕਹਿੰਦੇ ਸਾਨੂੰ ਲੈ ਕੇ ਚਲੋ ਪਾਰਕ, ਪਤਾ ਨਹੀਂ ਕਿਹੜੀ ਪਾਰਕ, ਉਹ ਜਵਾਕ ਬੈਠੇ ਹੈ। ਅਤੇ ਹੁਣ ਚੱਲੇ ਹਾਂ ਅਸੀਂ ਔਨ ਦਾ ਵੇ ਟੂ ਪਾਰਕ, ਇਹ ਥੋੜ੍ਹਾ ਬਹੁਤ ਉੱਥੇ ਖੇਡਣਗੇ, ਅਸੀਂ ਵੀ ਥੋੜ੍ਹਾ ਬਹੁਤ ਉੱਥੇ ਮਤਲਬ ਵਾਕਿੰਗ ਸ਼ੋਕਿੰਗ ਕਰ ਲਵਾਂਗੇ, ਨਾਲ ਹੀ ਫਿਰ ਭੁੱਖ ਲੱਗਿਆ ਹੋਊਗੀ ਅਤੇ ਨਾਲ ਹੀ ਰੈਸਟੋਰੈਂਟ ਆ। ਕਿਉਂ ਸਲੀਮ ਹੈ? ਅਤੇ ਰੈਸਟੋਰੈਂਟ 'ਤੇ ਜਾ ਕੇ ਫਿਰ ਡਿਨਰ ਕਰਕੇ ਫਿਰ ਵਾਪਸੀ ਆਪਣੀ। ਇਹ ਆਪਣਾ ਮਾਹੌਲ ਆ, ਅਤੇ ਤੁਹਾਨੂੰ ਨਾਲ ਨਾਲ ਆਪਾਂ ਕੈਮਰਾ ਔਨ ਕਰਕੇ ਦਿਖਾਈ ਜਾਵਾਂਗੇ। ਅੱਜ ਦਾ ਵਲੋਗ ਆਪਣਾ ਸਟਾਰਟ ਹੁੰਦਾ ਫਿਰ ਇੱਥੋਂ, ਠੀਕ ਆ ਜੀ, ਇੱਥੇ ਬਾਬਾ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ। ਤੂੰ ਕੁਛ ਬੋਲਣਾ ਚਾਹੁੰਦਾ? ਇੱਥੇ ਉੱਥੇ ਇਹ ਬੱਚਿਆਂ ਲਈ ਆ ਗਏ ਪਾਰਕ ਨੂੰ, ਪਾਰਕ ਦੇ ਵਿੱਚ ਲੈ ਕੇ ਇਹਨਾਂ ਨੂੰ, ਠੀਕ ਹੈ। ਗੇਟ ਨੰਬਰ 'ਤੇ ਨਾ ਯਾਦ ਰੱਖਿਓ ਬਈ ਆਪਣੀ ਗੱਡੀ ਪਾਰਕਿੰਗ। ਪਾਰਕ ਵਿੱਚ ਆ ਗਏ ਹਾਂ ਅਤੇ ਮਾਹੌਲ ਇੱਦਾਂ ਦਾ ਜਿਵੇਂ ਆਪਾਂ ਨੇ ਚਲੇ ਮੈਂ ਮਾਸ਼ਕਣੇ ਰੋਡ 'ਤੇ ਵਾਕ ਕਰਨ ਨਿਕਲੇ ਹੁੰਦੇ ਹਾਂ ਨਾ, ਪੈਂਟ ਦੀ ਯਾਦ ਹੀ ਆਉਂਦੀ ਹੁੰਦੀ ਆ। ਗਰਮੀ ਨਹੀਂ ਹੋਈ ਯਾਰ ਇਸ ਵਾਰ, ਵੈਦਰ ਬੜਾ ਵਧੀਆ, ਨਹੀਂ ਆਹ ਟਾਈਮ ਤਾਂ ਬਾਹਰ ਖੜੇ ਨਹੀਂ ਆਉਂਦਾ ਨਾ। ਹਾਂ ਇੰਪਰੂਵ ਆਪਾਂ ਕੱਲ੍ਹ ਦੱਸ ਕੇ ਦਾ ਰਹੇ ਯਾਰ, ਬਹੁਤ ਸੋਹਣਾ ਇੰਪਰੂਵਮੈਂਟ ਕੀਤਾ ਇਹਨਾਂ ਨੇ। ਚੱਲ ਉੱਤੇ ਚੱਲ ਕੇ ਆਉਂਦੇ ਯਾਰ, ਉਹ ਇੱਥੋਂ ਦੀ ਹੋ ਜਾ ਦਿਖਾਈਏ ਫਿਰ ਮਾਹੌਲ ਤੁਹਾਨੂੰ। ਜਵਾਕਾਂ ਨੂੰ ਭੇਜਤਾ ਆਪਾਂ ਉੱਧਰ, ਠੀਕ ਹੈ, ਉਹ ਖੇਡਦੇ ਆਪਦੇ ਛੋਟੇ ਮੋਟੇ ਜਿਹੜੇ ਇੱਥੇ ਲੱਗੇ ਹੁੰਦੇ ਆ ਖੇਡਣ ਨੂੰ ਬੱਚਿਆਂ ਦੇ, ਪਾਰਕ ਬੋਇਜ਼ ਜਾਂ ਝੂਲੇ ਝਾਲੇ ਜੇ ਹੈ ਨਾ, ਸਲਾਈਡਰਸ, ਅਤੇ ਅਸੀਂ ਆ ਗਏ ਹਾਂ ਬਾਈ ਜੀ ਹੁਣ ਇੱਥੇ, ਉਹ ਉੱਥੇ ਬਹਿ ਗਿਆ, ਅਸੀਂ ਆਪਦਾ ਟਾਈਮ ਪਾਸ ਇੱਥੇ ਕਰਾਂਗੇ। ਸਾਡਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਸਰ ਜਵਾਕਾਂ ਦੀ, ਕਾਰਸਤਾ ਨਹੀਂ ਹੁੰਦੀ ਆ, ਜਦੋਂ ਕਹਿੰਦੇ ਸਾਨੂੰ ਉੱਥੇ ਲੈ ਕੇ ਚੱਲੋ ਅਤੇ ਆਪਾਂ ਲੈ ਕੇ ਆ ਜਾਈਦਾ ਉਹਨੂੰ। ਅਸੀਂ ਜੋਗਿੰਗ ਤਾਂ ਕਰ ਸਕਦੇ ਹਾਂ ਕਿ ਉਸਦੀ, ਲੇਕਿਨ ਕਰਨੀ ਨਹੀਂ, ਸਾਡੇ ਵਜਨ ਘੱਟ ਜਾਣਗੇ। ਮਸਾਂ ਵਧਾਇਆ, ਤੂੰ ਸੁਣਾ ਗੱਲਬਾਤ ਕੋਈ ਯਾਰ। ਜੋਗਿੰਗ ਵਾਲਾ ਮਾਹੌਲ ਆ, ਲੇਕਿਨ ਅਸੀਂ ਭੱਜਣਾ ਨੀ। ਪਿਛਲੀ ਵਾਰ ਵੀ ਆਏ ਸੀ ਆਹ ਜਗ੍ਹਾ, ਬੜੀ ਐਕਸਾਈਟਡ ਆ, ਬਹੁਤ ਘੈਂਟ ਲੱਗਣੀ ਆ ਤੁਹਾਨੂੰ। ਕਿਉਂ ਅਸਲੀ ਮੈਂ ਬੰਦਾ ਆਵੇ, ਪਾਣੀ ਘਟਿਆ ਹੈ, ਵਾਟਰ ਪੌਂਡ ਆ, ਵਾਟਰ ਪੌਂਡ ਅਤੇ ਬਿਲਕੁਲ ਸਾਇਲੈਂਟ ਸਾਇਲੈਂਟ ਮਾਹੌਲ। ਜੋਗਿੰਗ ਕਰੋ, ਵਾਕਿੰਗ ਕਰੋ, ਐਕਸਰਸਾਈਜ਼ ਕਰੋ, ਆਪਦੀ ਹੈਲਥ ਦਾ ਖਿਆਲ ਰੱਖੋ। ਸਾਤੋਂ ਤਾਂ ਰੱਖ ਨਹੀਂ ਹੋ ਰਿਹਾ, ਕਿਉਂ ਮੇਰਾ ਤਾਂ 1-2 ਕਿਲੋ ਘਟਿਆ ਵੀ ਲੱਗਦਾ। ਮੇਰਾ ਤਾਂ ਮਤਲਬ ਥੋੜਾ ਸਟਾਮਕ ਜਿਹਾ ਦੇ ਯਾਰ, ਥੋੜਾ ਜਿਹਾ 95 ਕਿਲੋ ਭਾਰ ਆ, ਜ਼ਿਆਦਾ ਤਾਂ ਨਹੀਂ ਹੁੰਦਾ। ਚੱਲ ਠੀਕ ਆ, ਮੈਂ ਘਟਾ ਲੈਂਦਾ ਫਿਰ, ਆ ਯਾਰ ਰਨਿੰਗ ਕਰ ਲਈ ਫਿਰ। ਚੱਲ ਆ ਜਵਾਕਾਂ ਨੂੰ ਮਿਲੀ ਫਿਰ, ਆ ਜਾ, ਪਤਾ ਨਹੀਂ ਕੀ ਕਰਦੇ ਹੋਣੇ। ਕੀ ਕਰ ਰਹੇ ਹੋ? ਵਧੀਆ ਮਾਹੌਲ ਆ ਬਾਈ, ਕਰਾਂ ਸੌਣ ਵਾਲਾ ਮਾਹੌਲ ਆ ਪੂਰਾ, ਹੈ ਨਾ, ਪੂਰਾ। ਕੱਢ ਲਾ ਨੀਂਦ ਤੂੰ, ਮੈਂ ਜਵਾਕ ਦੇਖਿਆ ਵਾ।
ਇਹਨੂੰ ਤਾਂ ਬਿਠਾ ਚੱਲਿਆ ਮੈਂ ਇੱਥੇ, ਹਿੱਲੀ ਨਾ ਇੱਥੋਂ, ਜਾਈ ਨਾ ਕਿਤੇ, ਮੈਂ ਆਉਣਾ ਜੋ ਦੂਜੇ ਜਵਾਕਾਂ ਕੋਲ ਰਾਊਂਡ ਕੱਢਿਆ। मतलब हां वधिया लग्या, माहौल बहुत सोहना बनया, मतलब मौसम बड़ा वधिया घेंट मौसम सीगा, ते जवाकां नू जो सोच के आपां लैके आउंदे हुंदे आ वी चल इंजॉय कर लैणगे, उहनां दे हिसाब नाल उहनां ने बहुत इंजॉय किया प्ले ग्राउंड दे विच, ते साडा ही वधिया टाइम पास हो गया, खुले आसमान थले ठंडी ठंडी हवा है ना, ते गल्लां बातां कीतियां प्रॉपर वधिया, ते इही हुंदा सारा कुछ, होर तां की आ। ते हुण आपां नैक्सट चलदे आ, रब करे तुहाडा भला, खाण पीण कुछ डिनर ठीक है, ते नैक्सट स्टे कित्थे हुंदी आ फिर आपां उह देखदे। वापस अपनी गड्डी च आ गए, तो वो पिछे रौला पाते हैं गेम गूम खेलते कोई एक रोड टाइम, और हूँ आप चले बच्चा पार्टी लैके 9:30 बजे रात के डिनर कर, तो साड़ी एक वधिया जी प्लेस हैगी बैक साइड आ गई प्लेस, हाँ इतने ला दें फिर हाँ पार्किंग शार्किंग सारी फ्रंट चल ठीक है, फिर अगर तेरा औखा नहीं है तो सानू एक डिश लास्ट टाइम वधिया लगी सी, पहला इन्हें खाधी सी, उस तो बाद इन्हें मैनू क्या, फिर मैं फिश है ना सलीम, फिश ऑलवेज असी जो दिल करता था इतों ही खाने हूँ, अभी दो तीन बार हो गया, अच्छ फिर असी रात में आ गए, तो बच्चों लिए कुछ नवं ऑर्डर करा, असी आज उ फिश तो डिनर इंजॉय करा, मिलते हैं मैं थोड़ा जाके उ कैफटेरिया, ओके बाबा इतना रेस्टोरेंट माहौल ओपन तू दिखाता खुला आसमान, ऑर्डर आप करता जो ऑर्डर आ गया फिर थोड़ा मिलाने अपने ऑर्डर के नाम, हेलो हाय करो क्यों मेनू सारा दत्तो की चाहिए हद होगी
ਰੋਟੀ ਪਾਣੀ ਖੜਾ ਭੁੱਖ ਲੱਗੀ ਪਈ ਹੈ ਭਰਾਊਗਾ ਮੈਂ ਤਾਂ ਭੁੱਖਾ ਜੀ ਦਾ ਇੰਤਜ਼ਾਰ ਕਰਦੇ ਸੀ ਨਾ ਸਲੀਮੇ ਆਹ ਤਾਂ ਹੋਊਗੀ ਫਿਸ਼ ਠੀਕ ਹੈ ਤੇ ਆਹ ਹੋਵੇ ਚਿਕਨ ਜੀ ਵਧੀਆ ਹੈ ਓਏ ਹੋਏ 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 ਗਰਮ ਗਰਮ ਪੂਰੀ ਗਲੀ ਹੋਈ ਫਿਸ਼ ਐਨ ਫਰਾਈ ਐਨ ਤਰੀਕੇ ਨਾਲ ਨਿਬੇੜ ਦੀ ਫਿਰ ਕਰੀ ਸਟਾਰਟ ਬੁਲਾਈ ਆ ਰਹੀ ਆਪਾਂ ਨੂੰ ਹੈ ਕਰੀਏ ਸਟਾਰਟ ਫਿਰ ਕਰੋ ਬਿਸਮਿਲਲਾ ਕਰੋ ਬਿਸਮਿਲਲਾ ਸਲੀਮ ਡਿਨਰ ਕਿੱਦਾਂ ਸੀ ਡਿਨਰ ਖਾ ਲਿਆ ਆਪਾਂ ਬਹੁਤ ਵਧੀਆ ਫੈਂਟਾਸਟਿਕ ਜਿਹਾ ਵਧੀਆ ਘੈਂਟ ਜਿਹਾ ਤੇ ਫੁਟੇਜ ਤਾਂ ਆਪਾਂ ਲਾਈ ਦਿੰਦੇ ਹੁੰਦੇ ਹਾਂ ਨਾ ਤੇ ਇਹਦੇ ਨਾਲ ਹੀ ਹੁਣ ਆਪਾਂ ਵਲੌਗ ਦਾ ਕਰੀਏ ਐਂਡ ਚੱਲੀਏ ਘਰੇ ਰਾਤ ਦੇ ਵਜੇ 11 ਬੜੀ ਮਿਹਰਬਾਨੀ ਤੇ ਵਲੌਗ ਨੂੰ ਦੇਖ ਲਿਆ ਕਰੋ ਨਾ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਸਬਸਕ੍ਰਾਈਬ ਕਰ ਦਿਓ ਵੀਰੇ ਜਿਹੜੇ ਵੀ ਨਵੇਂ ਮਤਲਬ ਕਰਦਾ ਕੋਈ ਬੰਦਾ ਨਵਾਂ ਦੇਖਦਾ ਸਾਨੂੰ ਥੈਂਕ ਯੂ ਬਾਬਾ